رسول الله وسلم عليك يا حبيب الله. يا رسول الله وسلم عليك يا حبيب الله. دل و نگاہ کی دل و پڑھتے ہی کیسی روشنی ہوئی ہے. میں ایک دفعہ کہیے کہہ دیو بالکل سبحان اللہ ہے. جنوں گل سمجھ لگتی ہے کہہ دیو ذرا کہ سبحان اللہ. ٹھیک ہے. شان نبی وچ آیاں آمالوں کا خبر نکائے تے خاصا رمضان پایاں خاصا رمضان پایاں Yeah.
Thank you.
اللہ اکبر تسی اے دیکھو چلے توتلی زبان دے نال نا کنا دل ہے ایتھے سمجھدار بندے نال ہی لیندے بھی تے وے چنگے بھلے اللہ اکبر کہو ذرا سبحان اللہ سبحان اللہ کچھ نہیں تہاڈے مگر اس تو بعد تسی گھراں جی جانا ہے تسی نہیں کوئی پھڑے چلے لیکن سرکار دی محفل چ بیٹھے ہو تے سرکار دی محفل چ جیوندے بندے بہندے نے مویاں دا کم کوئی نہ دلوں نہ اون جی ضمیروں جرا سرکار دی محفل چ آ گیا سرکار دی نگاہ چ آ گیا ٹھیک ہے نا تے ذرا بلند آواز چ پتہ لگے کہ سرکار دی محفل چ بیٹھے نے اشاق ذرا محبت نہ کہہ دو ذرا صلی اللہ علیہ نصرت خیر
ਦੇਖੋ ਮੁਹੱਬਤ ਦਾ ਇਜ਼ਹਾਰ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਤੁਹਾਨੂੰ ਸੁਣਾਉਣਾ ਪਿਆ ਅਤੇ ਤੁਸੀਂ ਸੁਣਦੇ ਪਏ, ਮੈਂ ਮੁਹੱਬਤ ਨਾਲ ਪੜ੍ਹਨਾ ਪਿਆ ਤੁਸੀਂ ਮੁਹੱਬਤ ਨਾਲ ਸੁਣਦੇ ਪਏ। ਲੇਕਿਨ ਜਦੋਂ ਬੰਦਾ ਸੁਣਦਾ ਹੈ ਉਸ ਮਜ਼ਾ ਲੈਂਦਾ ਉਸ ਗੱਲ ਦਾ ਕਿ ਉਹਨੂੰ ਸੱਤੇ ਖੈਰਾਂ ਨੇ। ਹੈਂਜੀ, ਉਹ ਕਿਉਂ ਕੌਣ ਨੇ ਜਿਹਨੂੰ ਉਹਨਾਂ ਨੂੰ ਸੱਤੇ ਖੈਰਾਂ ਨੇ? ਉਹ ਅਸੀਂ ਤੁਸੀਂ ਹੈ। ਕਿਉਂ ਸੱਤੇ ਖੈਰਾਂ ਨੇ ਮਿਲ ਕੇ ਕਹੋਗੇ? ਹੱਥਾਂ ਨੂੰ ਚੁੱਕੋ ਪਹਿਲੇ, ਇਹ ਤਾਂ ਪਹਿਲੇ ਬੁੱਕਲਾਂ 'ਚੋਂ ਹੱਥ ਕੱਢੋ, ਪਹਿਲੇ ਹੱਥ ਉੱਚੇ ਕਰ ਲਓ, ਕੋਈ ਗੱਲ ਨਹੀਂ ਹੱਥ ਉੱਚੇ ਕਰ ਲਓ। ਤੇ ਮੁਹੱਬਤ ਨਾਲ ਕਹਿਣਾ ਮਿਲ ਗਏ ਉਹਨੂੰ ਸੱਤੇ ਖੈਰਾਂ ਨੇ, ਉਹਨੂੰ ਸੱਤੇ ਖੈਰਾਂ ਨੇ, ਉਹਨੂੰ ਸੱਤੇ ਖੈਰਾਂ ਨੇ। ਸਦਕਾ ਦੇ ਕੇ ਆਪਣੀ ਆਲ ਦਾ, ਅਸੀਂ ਸਾਰੇ ਸਦਕਾ ਖਾਣਾ, ਸਾਰੇ ਸਦਕਾ ਖਾਣਾ। ਸਾਡੇ ਪੀਰ ਵੀ ਸੈਯਦ ਹੈਂਜੀ, ਸੈਯਦ ਹੁਸੈਨ ਸ਼ਾਹ ਸਾਹਿਬ ਸੈਯਦ, ਅਤੇ ਸਦਕਾ ਤਾਂ ਉਹਨਾਂ ਦਾ ਹੀ ਹੈ ਨਾ, ਪੰਜ ਤਨ ਪਾਕ ਦੇ ਹੀ ਨੇ। ਅਤੇ ਮੈਂ ਕਹਿੰਦਾ ਜਿਹੜਾ ਸਾਰੇ ਸਦਕਾ ਖਾਣ ਵਾਲੇ ਨੇ ਅਤੇ ਜਿਹਨੇ ਨੇ ਖਾਧਾ ਹੈ ਉਹ ਆਪਣਾ ਹੱਕ ਵੀ ਅਦਾ ਕਰਨ ਕਿ ਸਦਕਾ ਦੇ ਕੇ ਆਪਣੀ ਆਲ ਦਾ, ਸਦਕਾ ਦੇ ਕੇ ਆਪਣੀ ਆਲ ਦਾ, ਆਲ ਦਾ ਸਦਕਾ ਦੇ ਕੇ ਆਪਣੀ ਆਲ ਦਾ, ਆਲ ਦਾ ਸਦਕਾ ਦੇ ਕੇ ਆਪਣੀ ਆਲ ਦਾ, ਸਦਕਾ ਦੇ ਕੇ ਆਪਣੀ ਆਲ ਦਾ, ਸਦਕਾ ਦੇ ਕੇ ਆਪਣੀ ਆਲ ਦਾ, ਕਰਦੇ ਮਾਲਾਮਾਲ ਸੋਹਣਿਆ ਸੋਹਣਿਆ, ਕਰਦੇ ਮਾਲਾਮਾਲ ਸੋਹਣਿਆ, ਕਰਦੇ ਮਾਲਾਮਾਲ ਸੋਹਣਿਆ ਸੋਹਣਿਆ, ਕਰਦੇ ਮਾਲਾਮਾਲ ਸੋਹਣਿਆ ਸੋਹਣਿਆ, ਕਰਦੇ ਮਾਲਾਮਾਲ ਸੋਹਣਿਆ। ਜਿਹੜਾ ਤੇ ਫਕੀਰਾਂ ਦਾ ਕੰਮ ਹੈ ਨਾ, ਜਿਹਨੂੰ ਤੇ ਪਤਾ ਹੈ ਕਿ ਮੈਨੂੰ ਇੱਕੋ ਹੀ ਦਰ ਤੋਂ ਭੀਖ ਮਿਲ ਜਾਣੀ ਹੈ, ਤੇ ਉਹ ਲਾਜਪਾਲਾਂ ਦਾ ਦਰ ਜਗ੍ਹਾ ਜਗ੍ਹਾ ਤੇ ਵੀ ਅੱਡਣਾ ਤੇ ਉਹ ਅੱਛੀ ਗੱਲ ਨਹੀਂ ਹੈ ਜੀ। ਇੱਕ ਦੇ ਹੋ ਕੇ ਰਹਿ ਜਾਓ, ਜਗ੍ਹਾ ਜਗ੍ਹਾ ਤੇ ਸਾਡੇ ਕੋਲ ਨੌਕਰੀ ਨਹੀਂ ਕੀਤੀ ਜਾਂਦੀ ਕਿ ਜਿਹਨੂੰ ਸੋਹਣਾ ਖੈਰ ਪਾਵੇ, ਜਿਹਨੂੰ ਸੋਹਣਾ ਖੈਰ ਪਾਵੇ, ਖੈਰ ਪਾਵੇ, ਜਿਹਨੂੰ ਸੋਹਣਾ ਖੈਰ ਪਾਵੇ, ਜਿਹਨੂੰ ਸੋਹਣਿਆ ਸੋਹਣਿਆ, ਰਹਿੰਦਾ ਨੇ ਕੰਗਾਲ ਸੋਹਣਿਆ ਸੋਹਣਿਆ, ਰਹਿੰਦਾ ਨੇ ਕੰਗਾਲ ਸੋਹਣਿਆ। ਅਲੀ ਬਾਈ ਮਹਿਫਿਲ ਦਾ ਇਨਕਾਦ ਕੀਤਾ, ਇੱਥੇ ਜਿੰਨੇ ਜਿੰਨੇ ਵੀ ਬੱਚੇ ਬੈਠੇ ਨੇ, ਬਜ਼ੁਰਗ ਬੈਠੇ ਨੇ ਤੇ ਆਪਣੀ ਔਲਾਦ ਨੂੰ ਨਾਲ ਲੈ ਕੇ ਆਏ, ਖੁਦਾ
ਖੁਦਾ ਦੀ ਕਸਮ ਹੈ ਇਸ ਤੋਂ ਵੱਡਾ ਸਬਕ ਕੋਈ ਨਹੀਂ ਹੈ। ਜਿਹੜੀ ਤਰਬੀਅਤ ਹੈ ਉਹ ਇਹੀ ਅੱਲਾਹ ਦਾ ਕਾਰ ਹੈ। ਅਤੇ ਇੱਥੇ ਤਰਬੀਅਤ ਕਾਹਦੀ ਦਿੱਤੀ ਜਾਂਦੀ ਹੈ? ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਦੀ ਦਿੱਤੀ ਜਾਂਦੀ। ਅਤੇ ਮੈਂ ਕਹਿੰਦਾ ਵਾਂ ਕਿ ਜਿੰਨੇ ਵੀ ਹਬਾਬ ਬੈਠੇ ਨੇ, ਇਨਸ਼ਾਅੱਲਾ ਸਾਡੀਆਂ ਔਲਾਦਾਂ ਨੇ ਵੀ ਸਰਕਾਰ ਦਾ ਨਾਂ ਲੈਣਾ ਹੈ। ਹਾਂਜੀ, ਕਹੋ ਜ਼ਰਾ ਬੇਸ਼ੱਕ ਇਸ ਲਈ ਕਹਿ ਦਿਓ ਸੁਭਾਨ ਅੱਲਾਹ ਕਿ ਤੇਰੇ ਹੀ ਗੁਲਾਮ ਰਹਿਣਗੇ। ਤੇਰੇ ਹੀ ਗੁਲਾਮ ਰਹਿਣਗੇ, ਤੇਰੇ ਹੀ ਗੁਲਾਮ ਰਹਿਣਗੇ, ਤੇਰੇ ਹੀ ਗੁਲਾਮ ਰਹਿਣਗੇ, ਤੇਰੇ ਹੀ ਗੁਲਾਮ ਰਹਿਣਗੇ, ਰਹਿਣਗੇ ਤੇਰੇ ਹੀ ਗੁਲਾਮ ਰਹਿਣਗੇ, ਸੋਹਣਿਆ ਸੋਹਣਿਆ ਮੇਰੇ ਸਾਰੇ ਬਾਲ ਸੋਹਣਿਆ ਸੋਹਣਿਆ ਮੇਰੇ ਸਾਰੇ ਬਾਲ ਸੋਹਣਿਆ ਸੋਹਣਿਆ ਮੇਰੇ ਸਾਰੇ ਬਾਲ ਸੋਹਣਿਆ ਕਹਿੰਦਾ ਜਿੰਨੀਆਂ ਵੀ ਜ਼ਿਆ ਹੈ ਜਿੰਨੀ ਵੀ ਰੋਸ਼ਨੀ ਹੈ ਇਹ ਹਜ਼ੂਰ ਦੀ ਆਲ ਦਾ ਸਦਕਾ ਹੈ। ਕਿ ਮੰਗਦਾ ਏ ਦੁਆਏ ਜ਼ਿਆ, ਮੰਗਦਾ ਏ ਦੁਆਏ ਜ਼ਿਆ, ਮੰਗਦਾ ਏ ਦੁਆਏ ਜ਼ਿਆ, ਮੰਗਦਾ ਏ ਦੁਆਏ ਜ਼ਿਆ, ਜੀਵੇ ਤੇਰੀ ਆਲ ਸੋਹਣਿਆ ਸੋਹਣਿਆ, 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 ਜੀਵੇ ਤੇਰੀ ਤੁਹਾਡੇ ਸ਼ਹਿਰ ਦੀ ਬੜੀ ਖੂਬਸੂਰਤ ਸ਼ਖਸੀਅਤ ਅੱਛਾ ਪੜ੍ਹਨ ਵਾਲਿਆਂ ਚੋਂ ਸ਼ਾਹਿਦ ਹੁਸੈਨ ਕਾਦਰੀ ਸਾਹਿਬ ਬੈਠੇ ਨੇ, ਅਤੇ ਉਸ ਤੋਂ ਬਾਅਦ ਮੇਰੇ ਤੋਂ ਬਾਅਦ ਇਨਸ਼ਾਅੱਲਾ ਤਾਲਾ ਇਹਨਾਂ ਦੀ ਵੀ ਹਾਜ਼ਰੀ ਹੋਏਗੀ। ਅਤੇ ਸਾਡੇ ਲਾਹੌਰ ਦੀ ਬੜੀ ਮਹਾਫਿਲ ਦੀ ਬੜੀ ਜ਼ੀਨਤ ਰਮਜ਼ਾਨ ਰਿਜ਼ਵੀ ਸਾਹਿਬ ਬੈਠੇ ਨੇ, ਕਿਉਂਕਿ ਜਿਹੜੇ ਸਰਕਾਰ ਦੇ, ਮੈਂ ਤਾਂ ਤੁਹਾਡਾ ਤਾਰਫ ਕਰਾ ਦਿੱਤਾ ਕਿ ਸਰਕਾਰ ਦੇ ਉਸ਼ਾਕ ਇੱਥੇ ਬੈਠੇ ਨੇ। ਹੈਂਜੀ, ਉਸ਼ਾਕ ਬੈਠੇ ਨੇ, ਸਰਕਾਰ ਦਾ ਨਾਂ ਲੇਵਾ ਬੈਠੇ ਨੇ, ਇਸ ਤੋਂ ਵੱਧ ਕੇ ਕਿਹੜੀ ਗੱਲ ਹੈ? ਅਤੇ ਜਿਹੜੇ ਮਹਿਫਲ ਦੇ ਵਿੱਚ ਆਏ ਨੇ ਉਹਨਾਂ ਦਾ ਤਾਰਫ ਹੋ ਗਿਆ ਹੋਵੇ, ਅਤੇ ਜਿਹੜੇ ਹਜੇ ਆਉਣ ਵਾਲੇ ਹੋਣ ਜਿਨ੍ਹਾਂ ਦਾ ਤਾਰਫ ਨਾ ਹੋਵੇ, ਅਤੇ ਗੱਲ ਇਸ ਤਰ੍ਹਾਂ ਹੈ ਕਿ ਉਹ ਰੋਸ਼ਨੀ ਤਾਂ ਹੁੰਦੀ ਹੈ, ਲੇਕਿਨ ਜਿਹਦੇ ਥੱਲੇ ਬਰਕਤਾਂ ਹੋਣ ਨਾ, ਛਾਂ ਹੋਵੇ, ਜਿਸ ਦੀਏ ਦੇ ਥੱਲੇ ਛਾਂ ਹੁੰਦੀ ਨਾ, ਉਹੀ ਦੀਆ ਬਰਕਤਾਂ ਲਾਉਂਦਾ। ਗੱਲ ਨੂੰ ਸਮਝੋ ਕਿ ਤੁਸੀਂ ਆਏ ਹੋ, ਤੁਹਾਨੂੰ ਬੁਲਾਇਆ ਗਿਆ, ਤੁਸੀਂ ਆਮ ਬੰਦੇ ਨਹੀਂ। ਅਤੇ ਮੈਂ ਕਹਿੰਦਾ ਅਲਹਮਦੁਲਿਲਾ, ਜਿਹੜਾ ਸਰਕਾਰ ਦੇ ਗੁਲਾਮ ਬਣ ਕੇ ਇੱਥੇ ਆ ਗਏ ਨੇ, ਅਤੇ ਉਹ ਸਰਕਾਰ ਦੀ ਨਿਗਾਹ ਦੇ ਵਿੱਚ ਤਾਂ ਹੈ, ਚਾਹੇ ਜਿਸ ਤਰ੍ਹਾਂ ਦੇ ਵੀ ਹਾਲਤ 'ਚ ਬੈਠਾ ਹੈ। ਆਰਬੀ ਸੁਲਤਾਨ ਆਇਆ
सदाबहार दीस बागे सदाबहार
ਤੇ ਕਦੀ ਖਜ਼ਾਨਾ ਆਵੇ ਹੋਵਲ ਫੈਜ਼ ਹਜ਼ਾਰਾਂ ਤਾਈਂ ਹਰ ਭੁੱਖਾ ماشاءاللہ.